ਦੱਸ ਕੀਤੇ ਸੀਗੇ ਇੱਕ ਤਾਂ ਵਿਜ਼ਰਡ ਆ ਮਤਲਬ ਬਣਿਆ ਬਣਾਇਆ ਥੀਮ ਤੁਸੀਂ ਚੇਂਜ ਨਹੀਂ ਕਰ ਸਕਦੇ ਉਹਨਾਂ ਦਾ ਬਣਿਆ ਬਣਾਇਆ ਤੁਹਾਨੂੰ ਸਿਲੈਕਟ ਕਰਨਾ ਪਊਗਾ ਪਰ ਉਹ ਸਿਲੈਕਸ਼ਨ ਕਾਫੀ ਆ ਤੁਸੀਂ ਸਿਲੈਕਟ ਕਰ ਸਕਦੇ ਉਹਨਾਂ ਦੀ ਥੀਮ ਚੋਂ ਪਰ ਜਿਵੇਂ ਤੁਸੀਂ ਖਾਲਸਾ ਮੈਰਾਥਨ ਵੇਖਿਆ ਸੀਗਾ .com ਇਹ ਇਹਨਾਂ ਨੇ ਆਪ ਇੱਕ ਬੈਨਰ ਬਣਾਇਆ ਇਹ ਬੈਨਰ ਤੁਸੀਂ ਕਈ ਸੌਫਟਵੇਅਰ ਵਿੱਚ ਬਣਾ ਸਕਦੇ ਆ ਫੋਟੋਸ਼ਾਪ ਵਿੱਚ ਬਣਾ ਸਕਦੇ ਆ ਨਾ ਹੋਰ ਕਈ ਫੋਟੋ ਬਰਾਸ ਕਈ ਹੁੰਦੇ ਆ ਜਿਹਨਾਂ ਵਿੱਚ ਤੁਸੀਂ ਐਡਿਟ ਕਰ ਸਕਦੇ ਆ ਪਿਕਚਰਸ ਲੈ ਲਓ ਉਹਨਾਂ ਵਿੱਚੋਂ ਓਵਰਲੇ ਕਰਕੇ ਬੈਨਰ ਤਿਆਰ ਕਰ ਲਓ ਬੈਨਰ ਦਾ ਇਹ ਮਤਲਬ ਹੈ ਜਦੋਂ ਤੁਸੀਂ ਵੈਬਸਾਈਟ ਤਿਆਰ ਕਰਦੇ ਆ ਜਿਹੜਾ ਸਭ ਤੋਂ ਪਹਿਲਾ ਪੇਜ ਆ ਉਹ ਹੋਮ ਪੇਜ ਆ ਉਹਨੂੰ ਕਹਿੰਦੇ ਜਾਂ ਇੰਡੈਕਸ ਪੇਜ ਉਹਦੇ ਥੱਲੇ ਫਿਰ ਅਬਾਊਟ ਅਸ ਰਿਜ਼ਲਟਸ ਵਗੈਰਾ ਇਵੈਂਟਸ ਵਗੈਰਾ ਵੇਖੇ ਰਨਿੰਗ ਟਿਪਸ ਵਗੈਰਾ ਵੇਖੇ ਉਹ ਸਭ ਕੁਝ ਉਹ ਸੈਕਸ਼ਨਸ ਆ ਵੈਬਸਾਈਟ ਦੀ ਤੇ ਜਿਹੜਾ ਲਾਸਟ ਜਿਹੜਾ ਸੈਕਸ਼ਨ ਹੁੰਦਾ ਉਹਨੂੰ ਕਹਿੰਦੇ ਆ ਕੰਟੈਕਟ ਅਸ ਜਿਵੇਂ ਹੁਣ ਆ ਵੈਬਸਾਈਟ ਬਣਾਇਆ khalsaamerican.com ਜਿਵੇਂ ਹੁਣ ਮੈਂ ਇਹ ਗਰੁੱਪ ਨੂੰ ਜੁਆਇਨ ਕਰਨਾ ਹੈ ਮੈਂ ਉਹਨਾਂ ਨੂੰ ਈਮੇਲ ਭੇਜਣੀ ਆ ਬਈ ਮੈਂ ਤੁਹਾਡੇ ਨਾਲ ਜੁਆਇਨ ਕਰਨਾ ਜਾਂ ਮੇਰੀ ਇਨਫੋਰਮੇਸ਼ਨ ਵਿੱਚ ਤੁਸੀਂ ਚਾਰ ਦੋ ਚਾਰ ਸੋ ਉਹ ਚਾਰ ਸਕਦੇ ਆ ਇਹਨਾਂ ਸੋ ਉਹ ਕੰਟੈਕਟ ਅਸ ਦਾ ਲਾਸਟ ਸੈਕਸ਼ਨ ਸੋ ਜਿਹੜਾ ਵੈਬਸਾਈਟ ਹੁਣ ਆਪਾਂ ਬਣਾਉਣਾ ਹੈ ਮੈਂ ਤੁਹਾਨੂੰ ਹੁਣ ਸੰਖੇਪ ਤੌਰ ਤੇ ਦੱਸਣਾ ਜਿਹੜਾ ਮੈਂ ਤੁਹਾਨੂੰ ਉਦੋਂ ਦਿਖਾਇਆ ਸੀ ਅਸੀਂ ਵਰਤਣਾ ਦਾ ਇੱਕ ਵੈਬ ਹੋਸਟਿੰਗ ਕੰਪਨੀ ਨਾ ਵੈਬ ਹੋਸਟਿੰਗ ਕੰਪਨੀ ਦਾ ਮਤਲਬ ਜਦੋਂ ਤੁਸੀਂ ਵੈਬ ਡੋਮੇਨ ਰਜਿਸਟ੍ਰੇਸ਼ਨ ਕਰ ਲਿਆ ਤੁਸੀਂ ਵੈਬਸਾਈਟ ਬਣਾ ਲਿਆ ਫਰਜ਼ ਕਰੋ ਫਰੰਟ ਪੇਜ ਤੇ ਹੁਣ ਤੁਹਾਨੂੰ ਇੱਕ ਕੰਪਨੀ ਭਾਲਣੀ ਹੈ ਜਿਹੜਾ ਤੁਹਾਡਾ ਵੈਬਸਾਈਟ ਉਹ ਰੱਖ ਸਕੇ ਹੋਸਟ ਕਰ ਸਕੇ ਅੰਗਰੇਜ਼ੀ ਵਿੱਚ ਅਸੀਂ ਕਹਿੰਦੇ ਹੋਸਟ ਕਰ ਸਕੇ ਉਹ ਹੋਸਟ ਦਾ ਮਤਲਬ ਇਹ ਹੋਣਾ ਉਹ ਪਰਮਨੈਂਟਲੀ 24 ਆਵਰਸ 7 ਡੇਸ ਅ ਵੀਕ 365 ਡੇਸ ਉਹ ਵੈਬਸਾਈਟ ਔਨ ਹੋਣਾ ਚਾਹੀਦਾ ਤੁਸੀਂ ਹੁਣ ਕਈ ਵੈਬਸਾਈਟਾਂ 'ਤੇ ਜਾਓਗੇ ਉਹ ਹੈ ਨਹੀਂ ਉੱਥੇ ਮਤਲਬ ਉਹਨਾਂ ਦੇ ਸਰਵਰ ਬੰਦ ਆ ਸੋ ਉਹ ਖਿਆਲ ਰੱਖਣਾ ਪੈਣਾ ਤੁਹਾਨੂੰ ਜੇ ਤੁਸੀਂ ਉਹ ਸਰਵਰ ਜਿਹੜੇ ਵਰਤਦੇ ਆ ਜਿਹੜਾ ਹੋਸਟ ਕਰ ਰਿਹਾ ਉਹਦਾ ਵੈਬਸਾਈਟ 24 hours 33 and 65 ਡੇਸ ਔਨ ਹੋਣਾ ਚਾਹੀਦਾ ਸੋ ਮੇਰਾ ਸੁਜੈਸ਼ਨ ਆ ਹੋਸਟਿੰਗ ਵਿੱਚ ਜਿਵੇਂ ਮੈਂ ਤੁਹਾਨੂੰ ਈਮੇਲ ਦੀ ਗੱਲ ਕਰ ਰਿਹਾ ਸੀਗਾ ਇਹ ਜੀਮੇਲ ਐਡਰੈਸ ਵਰਤੋ ਹੋਸਟਿੰਗ ਵੀ ਹੋਸਟ ਵਰਤੋ ਅਮਰੀਕਾ ਵਿੱਚ ਜਿਵੇਂ ਜਿਹੜਾ ਮਾਈ ਹੋਸਟ ਵਰਤ ਰਿਹਾ ਇਹ ਬਰੇਵ ਹੋਸਟ ਆ ਮੈਂ ਜਿਹੜੀ ਜਾਣਕਾਰੀ ਕਰਾਈ ਸੀ ਪਿਛਲੇ ਹਫ਼ਤੇ ਬਰੇਵ ਹੋਸਟ .com ਇਹ ਅਮੈਰੀਕਨ ਬੇਸ ਆ ਕੈਨੇਡਾ ਆਸਤੇ ਕੈਨੇਡਾ ਸੋ ਕੈਨੇਡਾ ਅਮੈਰੀਕਾ ਇਹ ਵੈਰੀ ਪ੍ਰੋਫੈਸ਼ਨਲ ਆ ਇਹਨਾਂ ਦੇ ਬੈਕਅਪ ਸਿਸਟਮ ਬਹੁਤ ਚੰਗੇ ਆ ਅਤੇ ਹੋਰ ਜਿਹੜਾ ਮੈਂ ਆਪਣੇ ਅਰਜੈਂਸੀ ਨਾਲ ਗੱਲ ਕਰ ਰਿਹਾ ਸੀਗਾ ਇਹ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਨਾਨਸਰ ਦਾ ਇਹ ਇਹਨਾਂ ਦੇ ਹੋਸਟਿੰਗ ਕੰਪਨੀ ਆ GoDaddy.com ਇਹ ਵੀ ਅਮੈਰੀਕਨ ਆ GoDaddy.com ਓਕੇ ਸੋ ਤੁਸੀਂ ਜਦੋਂ ਇੰਟਰਨੈਟ ਵਿੱਚ ਜਾਓਗੇ ਤੁਸੀਂ ਟਾਈਪ ਕਰੋ ਵੈਬ ਹੋਸਟਿੰਗ ਕੰਪਨੀ ਇਨ US ਵੈਬ ਹੋਸਟਿੰਗ ਕੰਪਨੀਜ਼ ਇਨ ਕੈਨੇਡਾ ਪਾ ਸਕਦੇ ਹਾਂ ਪਰ ਜੇ ਹੁਣ ਜਿਵੇਂ ਆਪਾਂ ਫਰੀ ਸ਼ੁਰੂ ਕਰਨਾ ਫਿਰ ਫਰੀ ਪਾ ਦਿਓ ਅੱਖਰ ਹਮੇਸ਼ਾ ਜਦੋਂ ਵੀ ਤੁਸੀਂ ਐਕਸਪੈਰੀਮੈਂਟ ਕਰਦੇ ਆ ਫਰੀ ਕਰੋ ਪਹਿਲਾਂ ਫਰੀ ਵੈਬ ਹੋਸਟਿੰਗ ਕੰਪਨੀ ਉਹ ਫਿਰ 100 ਹੀ ਨਹੀਂ ਹਜ਼ਾਰਾਂ ਕੰਪਨੀਆਂ ਇੰਡੀਆ ਵਿੱਚ ਜਿਹੜੇ ਫਰੀ ਦੇ ਰਹੇ ਆ ਫਰੀ ਦਾ ਮਤਲਬ ਇਹ ਹੋਇਆ ਉਹਨਾਂ ਦਾ ਤੁਹਾਨੂੰ ਨਾਂ ਚੱਕਣਾ ਪਊਗਾ ਜਿਵੇਂ ਹੁਣ ਇਹ ਕੰਪਨੀ ਬਰੇਕ ਹੋ ਸਕਦਾ ਮੈਂ ਹੁਣ ਨਾਂ ਵੈਬਸਾਈਟ ਤਿਆਰ ਕਰਦਾ ਕੌਂਕੇ ਸੋ ਨਾਂ ਜੇ ਮੈਂ ਫਰੀ ਕਰਨਾ ਹੈਗਾ ਫਿਰ ਹੋ ਜੂਗਾ kaunke.bravehost.com www.kaunke.bravehost.com ਜੇ ਮੈਂ ਆਪਣੀ ਬਿਜ਼ਨਸ ਕਰਨੀ ਆ ਉਹ ਪ੍ਰੋਫੈਸ਼ਨਲ ਬਿਜ਼ਨਸ ਆ ਫਿਰ ਕੌਂਕੇ ਤੁਸੀਂ ਲਾਉਣਾ ਹੈ ਸੋ ਤੁਸੀਂ ਵੈਬਸਾਈਟ ਫਿਰ ਨਹੀਂ ਤਿਆਰ ਕਰਨੀ ਰਹੋ ਉਹਨਾਂ ਨੂੰ ਸਿਰਫ ਐਂ ਕਰ ਦਿਉ ਮੈਂ ਅਪਗ੍ਰੇਡ ਕਰਨਾ ਹੈਗਾ ਆਪ ਬਰੇਵ ਹੋਸਟ ਲਾ ਦਿਉ ਉਹ ਫਿਰ ਮਾੜੀ ਜਿਹੀ ਫੀਸ ਹੁੰਦੀ ਆ ਉਹਦੀ ਤਕਰੀਬਨ US ਵੱਧ ਤੋਂ ਵੱਧ $100 ਹੁੰਦਾ ਹੈ ਇਹ ਦੂਸਰੀ ਜਦੋਂ ਫਰੀ ਤੁਸੀਂ ਕਰਦੇ ਆ ਉਹ ਫਿਰ ਐਡਵਰਟੀਜ਼ਮੈਂਟ ਬਹੁਤ ਹੁੰਦੀ ਆ ਉਹਨਾਂ ਦੀ ਆਪਣੀ ਬੈਨਰ ਹੁੰਦੀ ਆ ਐਡਵਰਟੀਜ਼ਮੈਂਟ ਵਗੈਰਾ ਹੁੰਦੀ ਆ ਉਹ ਫਿਰ ਅਨਪ੍ਰੋਫੈਸ਼ਨਲ ਆ ਜਾਏਗਾ ਪਰ ਤੁਸੀਂ ਆਪਦਾ ਜਿਹੜਾ ਵੈਬਸਾਈਟ ਆ ਉਹਦਾ ਇਨਫੋਰਮੇਸ਼ਨ ਉਹ ਪੂਰਾ ਹੀ ਦਿਖਾਉਣਗੇ ਉਹਨੇ ਉਹਦੇ ਵਿੱਚ ਕੋਈ ਘਾਟ ਨਹੀਂ ਸੋ ਹੁਣ ਮੈਂ ਤੁਹਾਨੂੰ ਜਿਹੜਾ ਇਹ ਵੈਬਸਾਈਟ ਬਣਾਊਂਗਾ ਇਹ ਬਰੇਵ ਹੋਸਟ ਤੇ ਦਿਖਾਊਂਗਾ www.bravehost.com ਤੁਸੀਂ ਇਹ ਡਬਲ ਕਲਿੱਕ ਕਰੋ ਸਰਚ ਇੰਜਨ ਇੱਥੇ ਪਾ ਦਿਓ www.bravehost.com ਓਕੇ ਆਪਾਂ ਉਹੀ ਜਿਹੜਾ ਆਪਾਂ ਉਹਦੇ ਨਾਲ ਸ਼ੁਰੂ ਕੀਤਾ ਸੀ ਹਰਿੰਦਰ ਤੋਂ ਮੈਂ ਉਹ ਐਡਰੈਸ ਪਤਾ ਕਰੂੰਗਾ ਆਪਾਂ ਉਹਦੇ ਵਿੱਚ ਹੀ ਜਾ ਕੇ ਮੈਂ ਮਾੜਾ ਜਿਹਾ ਐਡੀਸ਼ਨ ਕਰ ਦੂੰਗਾ ਜੇ ਹੋ ਸਕੇ ਕੋਈ ਉਹਨਾਂ ਨੂੰ ਬੁਲਾ ਲਓ ਫਿਰ ਮੈਂ ਉਹਨਾਂ ਤੋਂ ਆਈਡੀ ਪਤਾ ਕਰ ਲਵਾਂ ਹਰਿੰਦਰ ਤੋਂ ਆ ਜਿਹੜਾ ਆ ਤੁਸੀਂ ਆਹ ਵੇਖੋ ਆਹ ਦੇ ਆ ਟੂ ਵੇਸ ਯੂ ਕੈਨ ਬਿਲਡ ਪੋਸਟ ਯਰ ਵੈਬਸਾਈਟ ਠੀਕ ਹੈ ਆ ਜਿਹੜਾ ਹੈਗਾ ਗੈਟ ਬਰੇਕ ਹੋਸਟ ਇੱਥੋਂ ਆਪਾਂ ਸ਼ੁਰੂ ਕਰਨਾ ਹੈਗਾ
ਇੱਥੇ ਵੈਬਸਾਈਟ ਵਿੱਚ ਹੋਰ ਵੀ ਕਈ ਚੀਜ਼ਾਂ ਜਿੱਥੇ ਤੁਸੀਂ ਵੱਡੀਆਂ ਫਾਈਲਾਂ ਅਪਲੋਡ ਕਰ ਸਕਦੇ ਹਾਂ। ਫਰਜ਼ ਕਰੋ ਜਿਵੇਂ ਬਹੁਤ ਵੱਡੇ ਡਾਕੂਮੈਂਟਸ ਆ, ਆਪਣੀ ਵੈਬਸਾਈਟ ਪਾ ਸਕਦੇ ਹਾਂ ਪੂਰੇ ਡਾਕੂਮੈਂਟਸ, ਜਾਂ ਤੁਸੀਂ ਆਪਣੀ ਥੀਸਿਸ ਲਿਖੀ ਹੋਈ ਹੈ, ਜਿਵੇਂ ਕੋਈ PhD ਹੋ ਬਾਹਰ ਜਾ ਵੜੇ, ਉਹਦਾ ਨਾਂ ਕੀ ਸੀਗਾ, ਰਮਨਜੀਤ ਸਿੰਘ, ਉਹ ਆਪਣੀ ਥੀਸਿਸ ਅਪਲੋਡ ਕਰ ਸਕਦਾ ਇੱਥੇ। ਅਤੇ ਜੇ ਫਰਜ਼ ਕਰੋ ਕਿਸੇ ਨੇ ਉਹਨੂੰ ਡਾਊਨਲੋਡ ਕਰਨੀ ਆ, ਉੱਥੇ ਪਾਸਵਰਡ ਵੀ ਪਾ ਸਕਦਾ, ਮਤਲਬ ਉਹ ਫਰੀ ਨਹੀਂ, ਉਹ ਸਿਕਿਓਰਡ ਆ ਡਾਊਨਲੋਡ, ਮਤਲਬ ਉਹ ਵੀ ਹੋ ਸਕਦਾ। ਆ ਵੇਖੋ ਫਰੀ ਵਿੱਚ ਕੀ ਆ, ਯੂ ਕੈਨ ਬਿਲਡ ਯੋਰ ਓਨ ਡੋਮੇਨਸ, ਸਮਾਲ ਅਕਾਊਂਟਸ, ਵੈਬਮੇਲ, ਡੇਟਾਬੇਸ, ਟਨਸ ਆਫ ਸਟੋਰੇਜ ਐਂਡ ਬੈਂਡਵਿਡਥ। ਬੈਂਡਵਿਡਥ ਦਾ ਮਤਲਬ ਇਹ ਹੈ ਜਿਵੇਂ ਅਪਲੋਡ ਸਪੀਡ ਆ, ਇਹ ਬੈਂਡਵਿਡਥ, ਅਤੇ ਜਿਵੇਂ ਹਾਈਵੇ ਆ, ਜੇ ਇੱਕ ਲੇਨ ਆ ਘੱਟ ਗੱਡੀਆਂ ਜਾਂਦੀਆਂ, ਜੇ 10 ਲੇਨ ਆ ਜ਼ਿਆਦਾ ਗੱਡੀਆਂ ਜਾਂਦੀਆਂ। ਜੇ ਬੈਂਡਵਿਡਥ ਤੁਸੀਂ ਜ਼ਿਆਦਾ ਰਹੋਗੇ ਉਹ ਅਪਲੋਡ ਸਪੀਡ ਛੇਤੀ ਹੋਜੂਗੀ, ਆਪਣੀ ਡਾਊਨਲੋਡ ਸਪੀਡ ਛੇਤੀ ਆ, ਉਹਨੂੰ ਕਹਿੰਦੇ ਆ ਬੈਂਡ ਬੈਂਡਵਿਡਥ। ਸਤਿ ਸ਼੍ਰੀ ਅਕਾਲ ਜੀ, ਅਸੀਂ ਹੁਣ ਕੰਟੀਨਿਊਏਸ਼ਨ ਕਰ ਰਹੇ ਹਾਂ ਜਿਹੜੀ ਆਪਾਂ ਪਹਿਲਾਂ ਡਿਸਕਸ ਕੀਤੀ ਸੀ, ਪਰ ਮੈਂ ਸੰਖੇਪ ਤੌਰ 'ਤੇ ਫਿਰ ਮਾੜੀ ਜਿਹੀ ਰਿਪੀਟ ਕਰੂੰਗਾ ਜਿਹੜਾ ਆਪਾਂ ਪਹਿਲਾਂ ਡਿਸਕਸ ਕੀਤਾ ਸੀ। ਇਹ ਸਬਜੈਕਟ ਜਿਹੜੇ ਆਪਣੇ ਡਿਸਕਸ ਕਰ ਰਹੇ ਹਾਂ, ਇਹ ਟਾਈਟਲ ਆ ਇਹਦਾ ਇੰਟਰਨੈਟ ਦੀ ਜਾਣਕਾਰੀ, ਇੰਟਰਨੈਟ ਅਤੇ ICT ਦੀ ਜਾਣਕਾਰੀ। ਤਾਂ ਇਹਦੇ ਵਿੱਚ ਜਿਹੜੇ ਮੇਨ ਸਬਜੈਕਟਸ ਆ, ਇੱਕ ਤਾਂ ਈਮੇਲ ID ਕਿਵੇਂ ਬਣਾਈ ਦੀ ਹੈ ਜੀ, ਨੰਬਰ 2 ਵੈਬਸਾਈਟ ਕਿਵੇਂ ਤਿਆਰ ਕਰੀਦਾ, ਸਰਚ ਇੰਜਨ ਕਿਵੇਂ ਆਪਰੇਟ ਹੋ ਰਹੇ ਆ, ਸਰਚ ਇੰਜਨ ਜਿਵੇਂ ਗੂਗਲ, ਜੀਮੇਲ, ਯਾਹੂ ਅਤੇ ਪਿੰਗ ਵਗੈਰਾ, ਉਹਦੇ ਲਈ ਆਪਾਂ ਡਿਸਕਸ ਸਾਹਮਣੇ ਮੇਰੇ ਨਾਲ ਗੱਲ ਕਰਨ ਤੋਂ ਟ੍ਰੇਨ ਟਿਕਟਸ ਵਗੈਰਾ ਉਹ ਸਭ ਕੁਝ ਕਰੇ ਬਹਿ ਕੇ ਹੋ ਸਕਦਾ ਅੱਜ ਕੱਲ੍ਹ। ਅਤੇ ਪੇਮੈਂਟ ਵਗੈਰਾ ਜਿਹੜੇ ਵੀ ਆਪਾਂ ਪੇਮੈਂਟ ਇੰਟਰਨੈਟ ਰਾਹੀਂ ਕਰ ਰਹੇ ਹਾਂ ਉਹ ਕ੍ਰੈਡਿਟ ਕਾਰਡ ਰਾਹੀਂ ਹੋ ਰਹੇ ਆ ਅੱਜ ਕੱਲ੍ਹ। ਅਤੇ ਸੋ ਇਹਦੀ ਆਪਾਂ ਡਿਸਕਸ, ਅਤੇ ਉਹਦੇ ਤੋਂ ਬਾਅਦ ਆਪਾਂ ਫਿਰ ਯੂਟਿਊਬ ਬਾਰੇ ਵੀ ਕੁਛ ਜਾਣਕਾਰੀ ਅਸੀਂ ਕਰਾਵਾਂਗੇ, ਯੂਟਿਊਬ ਮਤਲਬ ਮੂਵੀ ਕਿਵੇਂ ਬਣਾਈ ਦੀ ਆ, ਅਪਲੋਡ ਕਿਵੇਂ ਕਰੀ ਦੀ ਆ, ਐਡਿਟ ਕਿਵੇਂ ਕਰੀ ਦੀ ਆ। ਅਤੇ ਫਿਰ ਸਕਾਈਪ ਰਾਹੀਂ ਵੀ ਆਪਾਂ ਮਾੜੀ ਜਿਹੀ ਜਾਣਕਾਰੀ ਕਰਾਵਾਂਗੇ। ਹੁਣ ਗੂਗਲ ਅਰਥ ਇਹ ਆ ਸੈਟਲਾਈਟ ਇਮੇਜ, ਜਿੱਥੇ ਹੁਣੇ ਆਪਾਂ ਮੈਸ਼ਰਮੈਂਟ ਕੀਤੀ ਸੀ ਜ਼ਮੀਨ ਦੀ, ਆਪਾਂ ਮੈਪ ਕੌਂਕਿਆਂ ਦਾ ਮੈਪ ਆਟੋਕੈਟ ਵਿੱਚ ਲੈਂਦਾ, ਉੱਥੋਂ ਆਪਾਂ ਏਰੀਆ ਮੈਸ਼ਰ ਕੀਤਾ ਸੀ ਹੁਣੇ, ਉਹ ਆ ਗੂਗਲ ਅਰਥ। ਅਤੇ ਫਿਰ ਮੈਂ ਜਾਣਕਾਰੀ ਕਰਾਵਾਂਗਾ ਫਾਈਲਸ, ਜਿਵੇਂ ਜਿਹੜੀਆਂ ਵੱਡੀਆਂ ਫਾਈਲਾਂ ਉਹ ਕਿਵੇਂ ਭੇਜੀਆਂ, ਉਹ ਜ਼ਿਪ ਪ੍ਰੋਗਰਾਮ ਹੈ, RAR ਪ੍ਰੋਗਰਾਮ, ਵਿਨਜ਼ਿਪ ਵਗੈਰਾ ਕਈ ਚੀਜ਼ਾਂ ਹੈ ਜਿਹਨਾਂ ਵਿੱਚ ਤੁਸੀਂ ਕੰਪਰੈਸ ਕਰਕੇ ਤੁਸੀਂ ਅਪਲੋਡ ਜੀਮੇਲ 'ਤੇ ਅਪਲੋਡ ਕਰਕੇ ਭੇਜ ਸਕਦੇ ਹੋ। ਜੀਮੇਲ ਦਾ ਜਿਵੇਂ ਲਿਮਿਟਡ ਆ 10 MB, 10 MB ਤੋਂ ਤੁਸੀਂ ਜ਼ਿਆਦਾ ਨਹੀਂ ਭੇਜ ਸਕਦੇ। ਸੋ ਜੇ 100 MB ਫਾਈਲ ਆ, ਉਹ ਕਈ ਪ੍ਰੋਗਰਾਮ ਹੈ ਜਿਹੜੇ ਫ੍ਰੀ ਤੁਸੀਂ ਅਪਲੋਡ ਕਰ ਸਕਦੇ ਹੋ। ਅਤੇ ਹੁਣ ਆਪਾਂ ਇਹ ਪ੍ਰੋਗਰਾਮ ਵੇਖਿਆ ਸੀ ਜਿਹੜਾ ਆਟੋਕੈਟ ਆ, ਆਟੋਕੈਟ ਪ੍ਰੋਗਰਾਮ ਇਹ ਆ ਜਿਹੜਾ ਤੁਸੀਂ ਜਿਹੜਾ ਵੀ ਗਿਣਤੀ ਮਿਣਤੀ ਕਰਨੀ ਆ, ਜ਼ਮੀਨਾਂ ਦੀ ਲੈਂਥ ਵਗੈਰਾ ਮੈਸ਼ਰਮੈਂਟ ਕਰਦੇ ਹਾਂ, ਆਪਾਂ ਸੈਟਲਾਈਟ ਇਮੇਜ ਆਟੋਕੈਟ ਵਿੱਚ ਲਿਆ ਕੇ ਆਪਾਂ ਏਰੀਆ ਮੈਸ਼ਰ ਕਰ ਸਕਦੇ ਹਾਂ ਆਪਣੀ ਜ਼ਮੀਨ ਦਾ। ਅਖੀਰ 'ਤੇ ਮੈਂ ਤੁਹਾਨੂੰ ਮਾੜੀ ਜਿਹੀ ਦਿਖਾਊਂਗਾ ਜਿਹੜੀ ਅੰਗਰੇਜ਼ੀ ਵਿੱਚ ਕਹਿੰਦੇ ਆ ਵਿਜੁਅਲਾਈਜੇਸ਼ਨ। ਵਿਜੁਅਲਾਈਜੇਸ਼ਨ ਦਾ ਮਤਲਬ ਆ ਜਿਵੇਂ ਤੁਸੀਂ ਹੁਣ ਕੋਈ ਘਰ ਪਾਉਣਾ ਜਾਂ ਕੋਈ ਬਿਲਡਿੰਗ ਪਾਉਣੀ ਜਾਂ ਕੋਈ ਸੜਕ ਬਣਾਉਣੀ ਆ, ਉਹ ਪਹਿਲਾਂ ਡਿਜ਼ਾਇਨ ਕਰਕੇ ਤੁਸੀਂ ਉਹ ਸੜਕ 'ਤੇ ਗੱਡੀ ਚਲਾ ਸਕਦੇ ਆ। ਤੁਸੀਂ ਆਪਣੀ ਇਮਾਰਤ ਦੇਖ ਸਕਦੇ ਆ ਬਣਾਉਣ ਤੋਂ ਪਹਿਲਾਂ, ਅੰਦਰ ਤੁਸੀਂ ਘਰ ਵਿੱਚ ਜਾ ਸਕਦੇ ਆ, ਤੁਸੀਂ ਦੇਖ ਸਕਦੇ ਹੋ ਕਿ ਰੰਗ ਕਿਹੋ ਜਿਹਾ ਘਰ ਦਾ, ਉਹਨੂੰ ਕਹਿੰਦੀ ਆ ਵਿਜੁਅਲਾਈਜੇਸ਼ਨ। ਕਈ ਵਾਰੀ ਆਪਾਂ ਘਰ ਜਾਂ ਸੜਕ ਬਣਾ ਲੈਂਦੇ ਪਰ ਪਿੱਛੋਂ ਗਲਤੀ ਹੋ ਜਾਂਦੀ ਆ, ਫਿਰ ਆਪਾਂ ਕਹਿੰਦੇ ਨਹੀਂ ਜੀ ਹੋਣਾ ਨਹੀਂ ਚਾਹੀਦਾ ਸੀ, ਆਏ ਆਪਾਂ ਫਿਰ ਢਾ ਕੇ ਫਿਰ ਬਣਾਉਂਦੇ ਹਾਂ। ਸੋ ਇਹ ਸਭ ਕੁਛ ਇੰਜੀਨੀਅਰਿੰਗ ਸੋਫਟਵੇਅਰ ਨਾਲ ਥੋੜ੍ਹੀ ਜਾਣਕਾਰੀ ਕਰਾਉਂਦਾ, ਇਹਨੂੰ ਕਹਿੰਦੇ ਆ ਵਿਜੁਅਲਾਈਜੇਸ਼ਨ।